ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਪ੍ਰਧਾਨਗੀ ਰੇਸ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਪ੍ਰੈਜ਼ੀਡੈਂਟ ਟਰੰਪ ਨੇ ਟਵਿੱਟਰ ਯਾਨੀ ਕਿ ਐਕਸ ਦੇ ਮਾਲਕ ਐਲਨ ਮਸਕ ਨੂੰ ਇੱਕ ਇੰਟਰਵਿਊ ਦਿੱਤਾ ਹੈ। ਟਰੰਪ ਨੇ ਬਹੁਤ ਸਾਰੇ ਮੁੱਦਿਆਂ 'ਤੇ ਇੱਕ ਪਾਸੜ ਤੱਥਹੀਨ ਗੱਲਾਂ ਵੀ ਕੀਤੀਆਂ ਹਨ ਔਰ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਿੱਧਾ ਨਿਸ਼ਾਨੇ 'ਤੇ ਲੈਂਦਿਆਂ ਟਰੰਪ ਨੇ ਕਿਹਾ ਹੈ ਕਿ ਕਮਲਾ ਹੈਰਿਸ ਇੱਕ ਥਰਡ ਕਲਾਸ ਖੋਖਲੀ ਉਮੀਦਵਾਰ ਹੈ ਅਤੇ ਬਾਈਡਨ ਨਾਲੋਂ ਵੀ ਨਕੰਮੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣੇ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪ੍ਰੈਜ਼ੀਡੈਂਸ਼ੀਅਲ ਜਿਹੜੀ ਰੇਸ ਚੱਲ ਰਹੀ ਹੈ, ਆਲਮੋਸਟ ਲੈਸ ਦੈਨ 3 ਮੰਥਸ, ਨਵੰਬਰ ਦੇ ਪਹਿਲੇ ਹਫ਼ਤੇ ਵੋਟਾਂ ਪੈਣੀਆਂ ਨੇ ਔਰ ਜਦੋਂ ਕਮਲਾ ਹੈਰਿਸ ਦੀ ਕਨਫਰਮੇਸ਼ਨ ਹੋਈ ਐਜ਼ ਏ ਕੈਂਡੀਡੇਟ, ਔਰ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਇਹ ਬੜੀ ਡਰਟੀ ਕੈਂਪੇਨ ਹੋਏਗੀ, ਇਲਜ਼ਾਮ ਤਰਾਸ਼ੀਆਂ ਔਰ ਦੂਸਰਾ। ਹਾਲਾਂਕਿ ਜਦੋਂ ਕਮਲਾ ਹੈਰਿਸ ਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਵੀ ਜਿਹੜਾ ਉਸ ਨੂੰ ਚੁਣਿਆ ਔਰ ਮਿਨੇਸੋਟਾ ਦੇ ਗਵਰਨਰ ਨੂੰ, ਔਰ ਉਸ ਤੋਂ ਬਾਅਦ ਉਸ ਦਾ 3-4 ਪੁਆਇੰਟ ਜਿਹੜੀਆਂ ਸਵਿੰਗ ਸਟੇਟਾਂ ਨੇ 7-8, ਉਹਨਾਂ ਦੇ ਵਿੱਚ ਗ੍ਰਾਫ ਉੱਪਰ ਵੀ ਗਿਆ, ਪਰ ਹੁਣ ਜੋ ਚੱਲ ਰਿਹਾ ਉਹਦੇ 'ਚ ਲਗਭਗ ਅਪ ਡਾਊਨ ਹੀ ਚੱਲ ਰਿਹਾ, ਉਹ ਥੋੜ੍ਹਾ ਜਿਹਾ ਡਾਊਨ ਨੂੰ ਸ਼ੁਰੂ ਹੋਇਆ ਔਰ ਸਾਰਿਆਂ ਦੀਆਂ ਅੱਖਾਂ ਲੱਗੀਆਂ ਹੋਈਆਂ ਇਸ, ਕਿਉਂਕਿ ਐਲਨ ਮਸਕ ਜਿਹੜਾ ਆਪਣੇ ਆਪ ਦੇ ਵਿੱਚ ਵੀ ਇੱਕ ਯੂਨੀਕ, ਅਜੀਬੋ ਗਰੀਬ ਜੇ ਕਹਿਣਾ ਹੋਏ ਵੀਅਰਡ ਵੀ, ਬਟ ਅਮੀਰ ਆਦਮੀ ਵਿਦ ਏ ਇਨੋਵੇਟਿਵ ਮਾਇੰਡ, ਜਿਹਨੇ ਟੈਸਲਾ ਕੱਢੀ ਔਰ ਉਹ ਸਾਰੇ ਦੇ ਥੱਲੇ ਫੇਰੇ, ਉਹਨੇ ਕਿੰਨੀ ਵੱਡੀ ਡੀਲ ਜਿਹੜੀ ਪਹਿਲਾਂ ਸਾਈਨ ਕਰਦੇ ਆ ਉਹਨਾਂ ਦੇ ਨਾਲ ਟਵਿੱਟਰ ਨਾਲ, ਫਿਰ ਮੁੱਕਰ ਗਿਆ, ਫਿਰ ਮੰਨ ਗਿਆ, ਉਹਨੂੰ ਐਕਸ ਬਣਾ ਦਿੱਤਾ ਹੈ। ਔਰ 2 ਸਾਲ ਪਹਿਲਾਂ ਜਦੋਂ ਪਹਿਲਾਂ ਇੱਕ ਸਟੇਜ ਦੇ ਉੱਤੇ ਵੱਡਾ ਡੈਮੋਕ੍ਰੇਸੀ ਦਾ ਹਮਾਇਤੀ ਔਰ ਫਰੀ ਐਕਸ ਜਿਹੜਾ ਐਕਸਪ੍ਰੈਸ਼ਨ ਔਰ ਦੂਸਰੇ ਦਾ, ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਇੰਡੀਆ ਦੇ ਸਾਹਮਣੇ ਝੁਕੇ ਵੀ ਕਿਵੇਂ ਜਿਹੜੇ ਨੇ ਉਹ ਉਸ ਸਾਰੇ ਦੇ ਨਾਲ ਕੰਪਰੋਮਾਈਜ਼ ਕੀਤਾ। ਔਰ ਈਵਨ ਲੇਟੈਸਟ ਹੁਣ ਅਸੀਂ ਜਿਹੜੀ ਆਸਟ੍ਰੇਲੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਦੀ ਫਿਲਮ 4 ਕਾਰਨਰ ਜਿਹੜੀ ਹੈ, ਉਸ ਨੂੰ ਕਿਵੇਂ ਇੰਡੀਆ ਦੇ ਵਿੱਚ ਜਿਹੜਾ ਆਫ ਐਕਸੈਸ ਕਰ ਦਿੱਤਾ ਇੰਡੀਅਨ ਪ੍ਰੈਸ਼ਰ ਥੱਲੇ। ਸੋ ਇਹ ਜਦੋਂ ਤੁਸੀਂ ਇਹ ਧਨਾੜ ਜਾਂ ਇਹ ਅਮੀਰ ਲੋਕਾਂ ਦੀਆਂ ਕਹਾਣੀਆਂ ਦੇਖਦੇ ਹੋ, ਸੁਣਦੇ ਹੋ, ਤਾਂ ਕਹਿਣਾ ਕੁਛ ਹੁੰਦਾ, ਕਰਨਾ ਕੁਛ ਹੁੰਦਾ। ਇੱਕ ਸਟੇਜ 'ਤੇ ਟਰੰਪ ਦਾ ਬੜਾ ਆੜੀ ਯਾਰ ਸੀ, ਫਿਰ ਜਦੋਂ 8 ਜਨਵਰੀ ਵਾਲਾ ਵਾਕਿਆ ਕੈਪੀਟਲ ਹਿੱਲ 'ਤੇ ਹੋਇਆ, ਉਸ ਤੋਂ ਬਾਅਦ ਇਹਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀ ਐਲਨ ਮਸਕ ਨੇ ਆਪਣੇ ਉਸ ਪਲੇਟਫਾਰਮ ਤੋਂ, ਅਤੇ ਟਰੰਪ ਉਹ ਆਪਣੇ ਕਿਸਮ ਦਾ ਵੀਅਰਡ ਮੈਨ, ਉਹਨੇ ਆਪਣਾ ਚਲਾ ਲਿਆ, ਪਤਾ ਨਹੀਂ ਕਿੰਨੇ ਮਿਲੀਅਨ ਉਹਦੇ ਫੋਲੋਅਰ ਨੇ, 7 ਮਿਲੀਅਨ ਕਿ 8 ਮਿਲੀਅਨ। ਪਰ ਹੁਣ ਜਦੋਂ ਐਲਨ ਮਸਕ ਨੂੰ ਲੱਗਿਆ ਕਿ ਵੀ ਇਹ ਦੁਬਾਰਾ ਚਾਂਸ ਬਣ ਰਿਹਾ ਜਾਂ ਦੂਜਾ, ਹੁਣ ਉਹਨੇ ਟਰੰਪ ਨੂੰ ਦੁਬਾਰਾ ਇੰਡੋਰਸ ਕਰਤਾ ਐਜ਼ ਏ ਪ੍ਰੈਜ਼ੀਡੈਂਟ, ਔਰ ਪਿਛਲੇ ਦਿਨਾਂ 'ਚ ਉਹਨੇ ਪਹਿਲਾਂ ਬੜਾ ਐਡਵਰਟਾਈਜ਼ ਕੀਤਾ ਕਿ ਜੀ 19 ਤਰੀਕ ਨੂੰ ਟਰੰਪ ਦੇ ਨਾਲ ਗੁਫ਼ਤਗੂ ਹੋਏਗੀ। ਹਾਲਾਂਕਿ ਕੋਈ ਵੀਡੀਓ ਇੰਟਰਵਿਊ ਨਹੀਂ ਸੀ, ਆਡੀਓ ਸੀ। ਹਾਲਾਂ ਜਦੋਂ ਚੱਲਣਾ ਸੀ ਉਦੋਂ ਕੀ ਇਹ ਹੋਇਆ ਕਿ ਜੀ ਅਟੈਕ ਕਰਤਾ ਐਕਸ ਦੇ ਉੱਤੇ ਹੈਕਰਸ ਨੇ, ਔਰ ਦੂਜਾ ਤਾਂ ਟੈਕਨੀਕਲ ਗਲਿਚ ਪੈਦਾ ਹੋ ਗਈ ਔਰ ਪਤਾ ਨਹੀਂ 40 ਮਿੰਟ ਕੇ ਘੰਟਾ ਲੇਟ ਤੁਰਿਆ, ਫਿਰ ਵੀ ਮੈਨੀ ਮਿਲੀਅਨਸ ਵਰ ਵਾਚਿੰਗ, ਬਾਅਦ ਦੇ ਵਿੱਚ ਫਿਰ ਵੀ ਵਾਚ ਕੀਤਾ ਜਾਏਗਾ। ਔਰ ਮੇਰੀ ਦਿਲਚਸਪੀ ਵੀ ਸੀ ਕਿ ਵੀ ਐਸਾ ਕੀ ਇਹਨੇ ਕਹਿਣਾ, ਹਾਲਾਂ ਹੁਣ ਟਰੰਪ ਦਾ ਸਟਾਈਲ ਤਾਂ ਕਿਉਂਕਿ 4 ਸਾਲ ਪਾਵਰ 'ਚ ਰਿਹਾ, ਉਸ ਤੋਂ ਪਹਿਲਾਂ ਵੀ ਬਾਅਦ ਵੀ, ਕਿ ਵੀ ਕੀ ਜਿਹੜੀ ਹੈ ਲਾਈਨ ਕੀ ਹੋਏਗੀ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਜਿਸ ਹਿੰਮਤ ਔਰ
ਹੌਸਲੇ ਨਾਲ ਟਰੰਪ ਨੇ ਜਿਹੜਾ ਉਹਦੇ ਤੇ ਅਸੈਸੀਨੇਸ਼ਨ ਅਟੈਂਪਟ ਹੋਇਆ ਪੈਨਸਿਲਵੇਨੀਆ ਦੇ ਵਿੱਚ, ਜਿਵੇਂ ਉਹਨੇ ਫੇਸ ਕੀਤਾ ਔਰ ਉਹਨੇ ਇੱਕ ਸੈਕਸ਼ਨ ਨੂੰ ਕਿ ਵੀ ਬੰਦਾ ਤਾਂ ਹੌਸਲੇ ਵਾਲਾ, ਕਿਉਂਕਿ ਜਿਉਂ ਹੀ ਭਾਵੇਂ ਕੰਧ ਦੇ ਲਾਗਿਓਂ ਕੀ ਲੰਘਿਆ ਪਰ ਖੜਾ ਹੋ ਕੇ ਐਨ ਫਿਸਟ ਕਰਕੇ ਜਿਹੜਾ ਉਹਨੇ ਆਪਣੀ ਡਿਫਾਇੰਸ ਦਿੱਤੀ। ਸੋ ਹੁਣ ਕੋਈ ਵੀ ਗੁਫ਼ਤਗੂ ਜਾਂ ਦੂਸਰੇ 'ਚ ਅਜੇ ਵੀ ਉਹ ਕੰਨ ਦੇ ਉੱਤੇ ਉਹ ਪੱਟੀ ਬੰਨ੍ਹੀ ਹੁੰਦੀ ਹੈ, ਬੈਂਡੇਜ ਲਗਾਈ। ਨਹੀਂ ਉਹ ਤਾਂ ਹੁਣ ਮੇਰਾ ਖਿਆਲ ਹੈ ਪ੍ਰੈਜ਼ੀਡੈਂਟ ਦੀ ਸਹੁੰ ਚੁੱਕਣ ਤੱਕ ਨਹੀਂ ਲਾਏਗਾ, ਉਹ ਤੋਂ ਬਾਅਦ ਭਾਵੇਂ ਉਹ 'ਚੋਂ ਥੱਲੇ ਕੁਛ ਹੋਰ ਹੀ ਨਿਕਲੇ, ਰਿਮਾਈਂਡਰ ਕਰਾ। ਹਾਂ ਰਿਮਾਈਂਡਰ ਵੀ ਹੈ, ਲੇਕਿਨ ਚਲੋ ਜਿਹੜਾ ਕ੍ਰੈਡਿਟ ਸ਼ੁੱਡ ਬੀ ਗਿਵਨ, ਜਿਹੜਾ ਬੰਦਾ ਡਿਜ਼ਰਵ ਕਰਦਾ। ਸੋ ਇਹ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਐਲਨ ਮਸਕ ਦੇ। ਹੁਣ ਜਿਹੜਾ ਇੰਟਰਵਿਊ ਇਸ ਦਾ ਟਰੰਪ ਦਾ ਆਇਆ, ਉਸ ਦੇ ਉੱਤੇ ਇੱਕ, ਕਿਉਂਕਿ ਦੁਨੀਆ ਦੇ ਵਿੱਚ ਜਿਹੜੇ ਐਕਸਪਰਟ ਨੇ ਉਹ ਜਰਨਲਿਸਟ ਹੋਣ ਦੂਸਰੇ ਹੋਣ ਉਹਨਾਂ ਏਰੀਆਜ਼ ਦੇ ਨਾਲ ਅੱਜ ਕੱਲ੍ਹ ਉਹਨਾਂ ਨੂੰ ਫੈਕਟ ਚੈੱਕਰ ਕਹਿੰਦੇ ਨੇ ਕਿ ਵੀ ਜੋ ਤੁਸੀਂ ਕਿਹਾ ਉਹ ਕਿੰਨਾ ਦਰੁਸਤ ਹੈ ਕਿੰਨਾ ਨਹੀਂ ਉਹਨੂੰ ਫੈਕਟ ਚੈੱਕ ਕਰਦੇ ਨੇ। ਸੋ ਜਿਹੜੇ ਫੈਕਟ ਚੈੱਕਰ ਨੇ ਉਹਨਾਂ ਨੇ ਆਪਣੀ ਰਿਪੋਰਟ 'ਚ ਕਿਹਾ ਕਿ 20 ਝੂਠ ਬੋਲੇ ਨੇ ਟਰੰਪ ਨੇ ਉਹਦੇ 'ਚ, ਯਾਨੀ 20 ਸਵਾਲਾਂ ਦੇ ਜਵਾਬ 'ਚ ਜਿਹੜੇ ਨੇ 20 ਵੱਡੇ ਝੂਠ ਨੇ। ਹਾਲਾਂ ਇਸ਼ੂ ਤਾਂ ਸਭ ਤੋਂ ਵੱਡਾ ਜਿਹੜਾ ਮੈਨੂੰ ਲੱਗਦਾ ਹੈ ਕਿ ਵੀ ਇਹ ਬਣੇਗਾ ਵੀ ਉਹਦੇ ਥੱਲੇ ਵਿਚਾਰਿਆਂ ਕਈਆਂ ਦਾ ਜਿਹੜੀ ਹੈ ਉਹ ਭਵਿੱਖ ਵੀ ਲਟਕ ਜਾਏਗਾ, ਕਿਉਂਕਿ ਟਰੰਪ ਨੇ ਕਿਹਾ ਵੀ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਹਿਸਟਰੀ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਕੈਂਪੇਨ ਹੋਏਗੀ। 11 ਮਿਲੀਅਨ ਲੋਕ ਤਾਂ ਇੱਥੇ ਬੈਠੇ ਨੇ ਅਤੇ ਉਹ ਕਹੀ ਜਾਂਦਾ ਵੀ ਇੰਨੇ ਮਿਲੀਅਨ ਆ ਗਏ ਬਾਈਡਨ ਦੇ, ਆਇਆ 20 ਮਿਲੀਅਨ ਹੋਰ ਆ ਗਿਆ ਦੂਜਾ, ਉਹ ਸਾਰੇ ਫੈਕਟ ਚੈੱਕ ਦੇ ਥੱਲੇ ਉਹਨਾਂ ਨੇ। ਲੇਕਿਨ ਇਹਦੇ 'ਚ 2-3 ਨੇ ਕਿ ਵੀ ਇਕੋਨਮੀ ਦੇਖੋ ਜੀ ਫਲਾਣੀ ਚੀਜ਼ ਜਿਹੜੀ ਬੈਕਨ ਇੰਨੇ ਪਰਸੈਂਟ ਸੀ ਹੁਣ 5 ਗੁਣਾ ਵੱਧ ਗਈ, ਉਹਨੇ ਦੇਖਿਆ ਵੀ ਇਹਦੇ ਜਾਣ ਤੋਂ ਬਾਅਦ ਸਿਰਫ 17% ਰੇਟ ਵਧਿਆ 5। ਇਸ ਕਿਸਮ ਦੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਨੇ ਬਰੋਡ ਰੇਂਜ ਆਫ ਸਬਜੈਕਟ ਫਰੋਮ ਇਮੀਗ੍ਰੇਸ਼ਨ ਟੂ ਇਕੋਨਮੀ ਟੂ ਫੋਰਨ ਪੋਲਿਸੀਸ ਉਹਨੇ ਤਾਰੀਫ ਕੀਤੇ। ਉਹਨੇ ਕਿਹਾ ਪੁਤਿਨ ਗੁੱਡ ਮੈਨ ਹੈ, ਨੌਰਥ ਕੋਰੀਆ ਵਾ ਮੈਂ ਹੁੰਦਾ ਤਾਂ ਉਹਨੇ ਅਟੈਕ ਨਹੀਂ ਸੀ ਕਰਨਾ, ਇਹ ਬਾਈਡਨ ਬਹੁਤ ਨਿਕੰਮਾ ਬੰਦਾ ਹੈ। ਫਿਰ ਉਹਨੇ ਕਿਹਾ ਜੀ ਜਿਹੜਾ ਉਹਦਾ ਬਜ਼ ਲਾਈਨ ਸੀ ਜਿਹਨੂੰ ਹੈਡਲਾਈਨ ਵੀ ਬਣਾਇਆ ਉਹਨੇ ਪੀ ਟੀ ਆਈ ਔਰ ਦੂਜਿਆਂ ਨੇ ਵੀ, ਕਮਲਾ ਹੈਰਿਸ ਇਜ਼ ਏ ਥਰਡ ਰੇਟ ਫੋਨੀ ਕੈਂਡੀਡੇਟ ਐਂਡ ਮੋਰ ਇਨਕੰਪੀਟੈਂਟ ਦੈਨ ਬਾਈਡਨ, ਟਰੰਪ ਟੈਲਸ ਐਲਨ ਮਸਕ। ਉਹਨੇ ਕਿਹਾ ਜੀ ਇਹ ਝੂਠੀ ਜਿਹੀ ਹੈ, ਪਹਿਲਾਂ ਤਾਂ ਰੇਸ ਹੀ ਬਦਲਦੀ, ਪਤਾ ਨਹੀਂ ਕਦੋਂ ਰਾਤੋਂ ਰਾਤ ਕਾਲੀ ਬਣ ਗਈ, ਇੰਡੀਅਨ ਹੈਰੀਟੇਜ ਕਹਿੰਦੇ ਸੀ ਅਤੇ ਫੋਨੀ ਹੈ, ਔਰ ਇਹ ਤਾਂ ਇਹਦੇ ਨਾਲੋਂ ਤਾਂ ਬਾਈਡਨ ਚੰਗਾ ਸੀ, ਸਲੀਪੀ ਜੋ ਕਹਿੰਦਾ ਉਹਨੂੰ ਕਿ ਵੀ ਇਹ ਤਾਂ ਸਲੀਪੀ ਜੋ ਤੋਂ ਵੀ ਜਿਹੜੀ ਹੈ ਨਿਕੰਮੀ ਹੈ, ਔਰ ਇਹਦੇ 'ਚੋਂ ਕੋਈ ਨਹੀਂ ਹੈ। ਉਹਨੇ ਜਿਹੜਾ ਉਹਨੇ ਕਿਹਾ ਕਿ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ 'ਚ ਹੈ ਪਰ ਮੈਂ ਜਹਾਜ਼ ਭਰ ਭਰ ਕੇ ਵਾਪਸ ਭੇਜਣੇ ਨੇ ਜਦੋਂ ਮੈਂ ਇੱਕ ਵਾਰੀ ਪ੍ਰੈਜ਼ੀਡੈਂਟ ਬਣ ਗਿਆ। ਔਰ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਈਵਨ ਇਹਦੀ ਪੋਜੀਸ਼ਨ ਵੀ ਕਮਲਾ ਹੈਰਿਸ ਦੀ ਇਹ ਹੈ, ਫਿਰ ਉਹ ਕਹਿੰਦਾ ਸ਼ੀ ਸੱਚ ਏ ਲਾਇਰ। ਇਹ ਟਰੰਪ ਕਿਸੇ ਨੂੰ ਝੂਠਾ ਕਹੇ ਸਵਾਦ ਆ ਜਾਂਦਾ ਵੈਸੇ ਸੁਣਨ ਦਾ ਕਿ ਵੀ ਦੇਖੋ ਸੱਚੇ ਬੰਦੇ ਕੀ ਹੁੰਦੇ ਨੇ। ਔਰ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਦੇਰ ਐਪੀਅਰਸ ਟੂ ਬੀ ਏ ਮੈਸਿਵ ਡਿਸਟਰਬ ਡਿਨਾਇਲ ਆਫ ਸਰਵਿਸ ਅਟੈਕ, ਇਹ ਕਲੇਮ ਸੀ ਜੀ ਕਿ ਇੰਨੇ ਲੱਖ ਲੋਕ ਸੁਣ ਰਹੇ ਸੀ ਲਾਈਵ ਪਰ ਇਹਨੂੰ ਜਿਹੜਾ ਉਹਦੇ ਤੋਂ ਪਹਿਲਾਂ ਹੀ ਜਿਹੜਾ ਟੈਕਨੀਕਲ ਹਿੱਚ ਔਰ ਦੂਜਾ ਕੀਤਾ ਇਸ ਲਈ। ਫਿਰ ਉਹਨੇ ਇਹਦੀ ਫੋਰਨ ਪੋਲਿਸੀ ਨੂੰ ਕੰਡੈਮ ਕੀਤਾ ਕਿ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਹੈ ਵਲਾਡੀਮੀਰ ਪੁਤਿਨ, ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ, ਨੌਰਥ ਕੋਰੀਅਨ ਲੀਡਰ ਕਿਮ ਜੋਂਗ, ਉਹ ਕਹਿੰਦਾ ਆਈ ਗੋਟ ਅਲੋਂਗ ਵੈਲ ਵਿਦ ਦੈਮ, ਮੇਰਾ ਤਾਂ ਉਹ ਵੀ ਯਾਰ ਸੀ। ਔਰ ਇਹ ਉਹਨੇ ਕਿਹਾ ਜੇ ਮੈਂ ਹੁੰਦਾ ਤਾਂ ਇਹ ਜਿਹੜੀ ਆ ਵਾਰ ਨਹੀਂ ਸੀ ਹੋਣੀ। ਔਰ ਜਿਹੜਾ ਫਿਰ ਉਹਨੇ ਜਿਹੜਾ
ਮਸਕ ਨੇ ਜਦੋਂ ਇਹ ਸਟ੍ਰੈਸ ਕੀਤਾ ਕਿ ਲੋਕ ਜਿਹੜੇ ਨੇ ਉਹ ਤਾਕਤਵਰ ਦੇ ਵੱਲ ਹੀ ਜਾਂਦੇ ਨੇ, ਕਮਜ਼ੋਰ ਵੱਲ ਨਹੀਂ, ਉਹਨੇ ਕਿਹਾ ਜੀ ਵੀ ਹੈਵ ਸਮ ਰੀਅਲੀ ਬੈਡ ਪੀਪਲ ਐਂਡ ਆਈ ਸੇ ਦੇ ਆਰ ਮੋਰ ਡੇਂਜਰਸ ਦੈਨ ਰਸ਼ੀਆ ਐਂਡ ਚਾਈਨਾ। ਇਹ ਹੁਣ ਜਿਸ ਲੈਵਲ ਦਾ ਇਹ ਸਾਰਾ ਚੱਲ ਰਿਹਾ, ਪਤਾ ਨਹੀਂ ਕਿੱਧਰ ਨੂੰ ਇਹ ਗੱਲ ਜਾਏਗੀ। ਅਤੇ ਬਾਕੀ ਜਿਵੇਂ ਮੋਦੀ ਇਹ ਕਹਿੰਦਾ ਸੀ ਕਿ ਜੀ ਮੈਂ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਵੀ ਮੈਂ ਬਾਇਓਲੋਜੀਕਲ ਪੁੱਤਰ ਹੈ, ਪਰ ਹੁਣ ਤਾਂ ਮੈਨੂੰ ਲੱਗਦਾ ਵੀ ਭਗਵਾਨ ਨੇ ਹੀ ਮੁਝੇ ਭੇਜਿਆ ਹੈ ਕਿਸੇ ਨੇ। ਹੁਣ ਟਰੰਪ ਨੇ ਵੀ ਇਹ ਕਿਹਾ ਵੀ ਮੈਂ ਜਿਹੜਾ ਸਰਵਾਈਵ ਕੀਤਾ ਇਹ ਮਿਰੈਕਲ ਹੀ ਹੋਈ ਹੈ, ਮਤਲਬ ਰੱਬ ਨੇ ਮੈਨੂੰ ਬਚਾਇਆ, ਰੱਬ ਨੇ ਮੇਰੇ ਤੋਂ ਕੋਈ ਕੰਮ ਲੈਣਾ। ਇਹ ਉਹਦੇ 'ਚ ਉਹਨੇ ਕਿਹਾ ਓਕੇ ਵੀ ਇਹ ਜਿਹੜਾ ਇਟ ਇਜ਼ ਵੈਰੀ ਮੱਚ ਆਈ ਸੇ ਐਨ ਐਕਟ ਆਫ ਗੋਡ, ਇਟ ਇਜ਼ ਮਿਰੈਕਲ ਦੈਟ ਇਟ ਹੈਪਨਡ, ਟਰੰਪ ਸੈਡ, ਮੇਰਾ ਬਚ ਜਾਣਾ ਇੱਕ ਮਿਰੈਕਲ ਹੈ, ਕਰਾਮਾਤ। ਹੁਣ ਇੱਕ ਕਰਾਮਾਤੀ ਇੱਥੇ ਆ ਗਿਆ, ਇੱਕ ਕਰਾਮਾਤੀ ਉੱਥੇ ਬੈਠਾ ਹੈ, ਇਹ ਹੁਣ ਇਹ ਪਤਾ ਨਹੀਂ ਕਰਾਮਾਤਾ ਕਿੱਥੇ ਲੈ ਥੱਲੇ ਬੈਠਾ, ਇਹ ਕਰਾਮਾਤਾ ਕਿੱਥੇ ਲੈ ਕੇ ਜਾਣਗੇ ਇਸ ਪਲੈਨਟ ਨੂੰ, ਰੱਬ ਹੀ ਰੱਖ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਫਿਊਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।